ਅੰਮ੍ਰਿਤਸਰ ਦੇ ਵਿੱਚ ਗੁਰਜੀਤ ਔਜਲਾ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ, ਵੈਸਾ ਹਮੇਸ਼ਾ ਕਿ ਆਪਾਂ ਨੂੰ ਹਿੰਸਾ ਤੋਂ ਦੂਰ ਰਹਿਣਾ ਚਾਹੀਦਾ, ਲੜਾਈ ਝਗੜੇ ਦੂਰ ਰਹਿਣਾ ਚਾਹੀਦਾ, ਪੁਲਿਸ ਵਾਲੇ ਪੂਰੇ ਪ੍ਰਬੰਧ ਕੀਤੇ ਹੋਏ ਨੇ, ਪਰ ਅੱਜ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਗੋਲੀ ਚੱਲੀ ਹੈ ਅਤੇ ਵਰਕਰ ਦੇ ਬਾਂਹ ਦੇ ਉੱਤੇ ਗੋਲੀ ਲੱਗੀ ਹੈ ਅਤੇ ਖੋਲ ਵੀ ਦਿਖਾਇਆ। ਉਹਨੇ ਕਿਹਾ ਕਿ ਵਿਰੋਧੀ ਬੁਖਲਾ ਗਏ ਨੇ, ਦੇ ਕੇ ਕੰਮ ਕਰੋ ਤਾਂ ਜੋ ਲੋਕ ਤੁਹਾਨੂੰ ਵੋਟ ਪਾ ਸਕਣ। ਇਹਨਾਂ ਨੂੰ ਪਤਾ ਆ, ਦੇਖੋ ਲੋਕ ਪਿਆਰ ਕਰਦੇ ਕੰਮਾਂ ਨੂੰ, ਜਿਹੜਾ ਲੋਕਾਂ ਨਾਲ ਰਹਿੰਦਾ ਆ ਉਹ ਲੋਕ ਪੱਕੀ ਕੰਮ ਕਰਦੇ ਆ, ਬੰਦੇ ਨੂੰ ਐਕਸਪੋਜ਼ ਕਰਨਾ ਚਾਹੀਦਾ ਕਿ ਉਹਨੇ ਗੋਲੀ ਕਿਉਂ ਚਲਾਈ, ਕਿਹਨੇ ਭੇਜਿਆ, ਕਿੱਥੋਂ ਆਇਆ, ਮੋਟਿਵ ਕੀ ਸੀ ਉਹਦਾ, ਕਿ ਕੋਈ ਪਾਰਟੀ ਨਾਲ ਜੁੜੀ ਹੋਈ ਗੱਲ ਹੈ ਜਾਂ ਉਹਨੇ ਆਪਣਾ ਕਿਸੇ ਤੋਂ ਬਦਲਾ ਲੈਣਾ, ਕਿਉਂਕਿ ਹੁਣ ਗੋਲੀ ਜਿਹੜੀ ਚਲਾਈ ਗਈ ਉਹ ਵਰਕਰ ਦੀ ਬਾਂਹ 'ਤੇ ਵੱਜੀ ਹੈ ਜੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹੁਣ ਆਪਣਾ ਅਖੀਰ ਦੇ ਵਿੱਚ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ। ਹਾਲਾਂਕਿ ਉਹ ਪੰਥਕ ਪਾਰਟੀ ਹੈ ਜਿਹਨੂੰ ਲੈ ਕੇ ਉਹਨਾਂ ਨੇ ਕਾਫੀ ਸਵਾਲ ਖੜੇ ਕੀਤੇ। ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨਾਲ ਹੀ ਧੱਕਾ ਕੀਤਾ ਜਾਂਦਾ ਹੈ, ਭਾਵੇਂ ਉਹ ਫੌਜ ਦੇ ਵਿੱਚ ਹੋ ਗਿਆ ਜਾਂ ਗੁਰਦੁਆਰਾ ਦੇ ਵਿੱਚ RS ਦਾ ਕਬਜ਼ਾ, ਅਤੇ ਹਰਿਆਣੇ ਦੇ ਜਿਹੜੇ ਸਾਬਕਾ ਜਥੇਦਾਰ ਨੇ ਦਾਦੂਵਾਲ ਸਾਹਿਬ ਤਾਂ RS ਦੀ ਫੁੱਲ ਸਪੋਰਟ ਕਰਦੇ ਨੇ। ਹਰਿਆਣਾ ਅਲੱਗ ਕਰਤਾ ਹੈ ਕਿ ਹਰਿਆਣੇ ਵਿੱਚ ਦਾਦੂਵਾਲ ਵਰਗੇ ਜਿਹੜੇ ਗੱਦਾਰ ਹੈ, ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਮੈਨੀਫੈਸਟੋ ਕਿਉਂ ਨਹੀਂ ਜਾਰੀ ਕੀਤਾ ਹਾਲੇ ਤੱਕ? ਔਰ ਇਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਜਦੋਂ ਤੋਂ ਥੋੜ੍ਹੀ ਜਿਹੀ ਖੜਬੜ ਹੋਈ ਹੈ, ਉਹਨਾਂ ਦੀ ਨੂੰਹ ਪਰਮਪਾਲ ਕੌਰ ਸਿੱਧੂ ਹੋਣਾ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਬਠਿੰਡਾ ਵਿੱਚ ਨੋਮੀਨੇਸ਼ਨ ਭਰ ਦਿੱਤੀ, ਤਾਂ ਉਦੋਂ ਤੋਂ ਦੂਰੀਆਂ ਚੱਲਦੀਆਂ ਆ ਰਹੀਆਂ ਨੇ, ਟਕਰਾਓ ਹੈ, ਖਿਚਾਓ ਹੈ, ਤਣਾਓ ਹੈ ਦੋਨਾਂ ਧਿਰਾਂ ਦੇ ਵਿੱਚ। ਚੰਡੀਗੜ੍ਹ ਦਾ ਜੇ ਚੰਡੀਗੜ੍ਹ ਲੈਣਾ ਸੀ ਤਾਂ ਅਕਾਲੀ ਦਲ ਬਹੁਤ ਪਹਿਲਾਂ ਲੈ ਸਕਦਾ ਸੀ ਜਦੋਂ ਉਹ ਪਾਵਰ ਵਿੱਚ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ, ਅਤੇ ਹੁਣ ਇਹ ਮੁੱਦਾ ਇੰਝ ਲੱਗਦਾ ਕਿ ਸਿਰਫ ਮੈਨੀਫੈਸਟੋ ਦਾ ਹਿੱਸਾ ਲੱਗਦਾ, ਪਰ ਦੇਖਦੇ ਹਾਂ ਕਿ ਕੀ ਇਹਦੇ ਉੱਤੇ ਕੋਈ ਵੱਡੀ ਮਾਰ ਸਕਦਾ ਅਕਾਲੀ ਦਲ ਕਿ ਨਹੀਂ। ਇਹ ਤਾਂ 4 ਜੂਨ ਤੋਂ ਬਾਅਦ ਪਤਾ ਲੱਗਣਾ ਕਿ ਪਾਰਟੀ ਕਿਹਦੀ ਆਉਂਦੀ ਹੈ। ਰਾਘਵ ਚੱਡਾ ਉਹਨਾਂ ਦੀ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਹੋਈ ਹੈ। ਵਿਰੋਧੀ ਵੀ ਲਗਾਤਾਰ ਘੇਰੇ ਸੀ ਵੀ ਉਹ ਡਰਦੇ ਮਾਰੇ ਭੱਜ ਗਏ ਨੇ, ਅਤੇ ਪਾਰਟੀ ਦੇ ਉੱਤੇ ਉਹ ਸਮਾਂ ਚੱਲ ਰਿਹਾ ਸੀ ਜਿਹੜਾ ਔਖਾ ਸਮਾਂ ਸੀ। ਰਾਘਵ ਚੱਡਾ ਬੜੇ ਨਜ਼ਦੀਕੀ ਸੀ, ਪੰਜਾਬ ਦੇ ਵਿੱਚ ਬੜਾ ਅਹਿਮ ਰੋਲ ਰਾਘਵ ਚੱਡੇ ਵੱਲੋਂ ਨਿਭਾਇਆ ਗਿਆ ਸੀ। ਕਿਸੇ ਟਾਈਮ ਤਾਂ ਬਲਵਿੰਦਰ ਜੀ ਰਾਘਵ ਚੱਡਾ ਹੋਣਾ ਬਾਰੇ ਪੰਜਾਬ ਦੇ ਵਿੱਚ ਗੱਲ ਚੱਲ ਪਈ ਸੀ ਜੀ ਕਿ ਕੇਜਰੀਵਾਲ ਹੋਣੀ ਉਹਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ। ਇਹ ਗੱਲ ਬੜੇ ਵੱਡੇ ਪੱਧਰ 'ਤੇ ਚੱਲੀ ਸੀ ਔਰ ਇਹ ਭਿਣਕ ਜਦੋਂ ਭਗਵੰਤ ਮਾਨ ਹੋਣਾ ਨੂੰ ਪਈ ਸੀ ਤਾਂ ਉਹ ਗੁੱਸੇ ਹੋ ਗਏ ਸੀ, ਪਰ ਅਚਾਨਕ ਉਹਨਾਂ ਦਾ ਗਾਇਬ ਹੋ ਜਾਣਾ ਇਹੋ ਜਿਹੇ ਮੌਕੇ 'ਤੇ, ਕੀ ਇੰਨੀ ਸੀਰੀਅਸ ਇਸ਼ੂ ਹੋ ਗਿਆ ਸੀ ਉਹਨਾਂ ਦੀਆਂ ਅੱਖਾਂ ਨੂੰ? ਹੋ ਵੀ ਸਕਦਾ ਸੀ, ਸ਼ੱਕ ਨਹੀਂ ਕਰਦੇ, ਪਰ ਟਾਈਮਿੰਗ ਜਿਹੜੀ ਹੈ ਉਹ ਬੜੀ ਵੱਡੀ ਗੱਲ ਆ, ਕਿਉਂਕਿ ਹੁਣ ਇੱਕਦਮ ਆ ਜਾਣਾ ਉਹਨਾਂ ਦਾ। ਇਹ ਵੀ ਆ ਕਿ ਪਾਰਟੀ ਵੱਡੇ ਕ੍ਰਾਈਸਿਸ ਦੇ ਵਿੱਚ ਫਸੀ ਹੋਈ ਆ, ਕੇਜਰੀਵਾਲ ਹੋਣੀ ਤਾਜ਼ਾ ਜੇਲ੍ਹ ਦੇ ਵਿੱਚੋਂ ਜ਼ਮਾਨਤ 'ਤੇ ਆਏ ਆ, ਉਹਨਾਂ ਨੂੰ ਸਿਰਫ 4 ਜੂਨ ਤੱਕ ਜ਼ਮਾਨਤ ਮਿਲੀ, 1 ਜੂਨ ਤੱਕ ਹੀ ਮਿਲੀ ਹੋਈ ਆ ਜ਼ਮਾਨਤ ਜਿਹੜੀ ਆ ਜੀ, ਔਰ ਨਾਲ ਦੀ ਨਾਲ ਸਵਾਤੀ ਮਾਲੀਵਾਲ ਦਾ ਮਸਲਾ ਜਿਹੜਾ ਉਹ ਉੱਭਰ ਕੇ ਸਾਹਮਣੇ ਆ ਗਿਆ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਰਾਊਸਕੋਟ ਦੇ ਵਿੱਚ ਪਾਰਟੀ ਨੂੰ ਜਿਹੜਾ ਉਹ ਰਿਸ਼ਵਤ ਦੇ ਮਾਮਲੇ ਦੇ ਵਿੱਚ ਚਾਰਜਸ਼ੀਟ ਕਰ ਦਿੱਤਾ, ਨਾਮਜ਼ਦ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੀ ਇਹ ਇਸ ਟਾਈਮ ਕਹਿ ਸਕਦੇ ਹਾਂ ਕਿ ਇੱਜ਼ਤ ਦਾਅ 'ਤੇ ਲੱਗੀ ਹੋਈ ਹੈ ਕਿ ਪੰਜਾਬ ਦੇ ਵਿੱਚੋਂ ਵੱਧ ਤੋਂ ਵੱਧ ਸੀਟਾਂ ਜਿੱਤਣੀਆਂ ਨੇ।
ਕਣਕ ਵੱਢ ਲਈ ਗਈ ਆ, ਉੱਥੇ ਹੀ ਕਿਸਾਨ ਹੁਣ ਨਾੜ ਨੂੰ ਅੱਗ ਲਾ ਰਹੇ ਨੇ। ਹਾਲਾਂਕਿ ਸਰਕਾਰ ਵੱਲੋਂ ਵੀ ਰੋਕਿਆ ਜਾਂਦਾ ਨਾੜ ਨੂੰ ਅੱਗ ਨਾ ਲਾਈ ਜਾਵੇ। ਸੋ ਇੱਕ ਕਿਸਾਨ ਦੀ ਨਾੜ ਨੂੰ ਅੱਗ ਲਗਾ ਰਹੇ ਦੀ ਮੌਤ ਹੋ ਗਈ ਆ ਬੜਾ ਸਾਹਿਬ। ਸਿੰਘ ਰਾਜਾਵਾਲੀ ਜੋ ਕਿ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਨੇ, ਉਹਨਾਂ ਵੱਲੋਂ ਰਵਨੀਤ ਬਿੱਟੂ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਮੇਰੀ ਨਕਲ ਕਰਦੇ ਨੇ ਜੀ। ਸਵਾਲ ਤੇ ਇਹ ਹੈ ਕਿ ਕੋਈ ਲੋਕਾਂ ਦੀਆਂ ਆਸਾਂ ਤੇ ਕਿੰਨਾ ਪੂਰਾ ਉਤਰਦਾ ਜੀ। ਰਾਜਾ ਵੜਿੰਗ ਹੋਣਾ ਨੇ ਕਿਹਾ ਹੈ ਕਿ ਰਵਨੀਤ ਬਿੱਟੂ ਹੋਣਾ ਨੇ ਕਿਹਾ ਕਿ ਮੇਰੀ ਕੇਂਦਰ 'ਚ ਬਹੁਤ ਚੱਲਦੀ ਹੈ, ਅਮਿਤ ਸ਼ਾਹ ਦੇ ਨਾਲ ਬਹੁਤ ਹੈ, ਅਤੇ ਫਿਰ ਉਹਨਾਂ ਨੇ ਮਿਹਣਾ ਮਾਰ ਦਿੱਤਾ ਹੈ ਵੀ ਜੇ ਤੁਹਾਡੀ ਇੰਨੀ ਚੱਲਦੀ ਸੀ ਤਾਂ ਫਿਰ ਤੁਸੀਂ ਲੁਧਿਆਣੇ ਲਈ ਕਿੰਨੇ ਕੁ ਪ੍ਰੋਜੈਕਟ ਲੈ ਕੇ ਆਏ ਹੋ। ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਾਉਣ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਅਤੇ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਅਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਗਰੁੱਪ ਐਡੀਟਰ ਅਮਰਜੀਤ ਸਿੰਘ ਜੀ। ਵੜਾਇਆ ਚਾਉਣ ਦਾ ਪਹਿਲਾਂ ਸਵਾਗਤ ਕਰਦੇ, ਬੜਾ ਸਾਹਿਬ ਸਵਾਗਤ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਬਲਵਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਗੱਲਬਾਤ ਕਰਨ ਦਾ। ਹਾਂਜੀ, ਅਤੇ ਕੀ ਅੱਜ ਦੀਆਂ ਤਾਜ਼ਾ, ਕਿਉਂਕਿ ਅੱਜ ਕੱਲ੍ਹ ਵੈਸੇ ਤਾਂ ਬਹੁਤੀਆਂ ਚੋਣਾਂ ਨਾਲ ਹੀ ਜੁੜੀਆਂ ਹੋਈਆਂ ਖਬਰਾਂ ਜੀ, ਔਰ ਨਵੀਆਂ ਨਵੀਆਂ ਖਬਰਾਂ ਆ ਰਹੀਆਂ ਨੇ, ਕੀ ਹੈ ਅੱਜ ਦੀਆਂ ਖਾਸ ਖਬਰਾਂ ਆਪਾਂ ਜ਼ਰਾ ਕਰੀਏ। ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ, ਉੱਥੇ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਔਜਲਾ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ, ਵੈਸਾ ਹਮੇਸ਼ਾ ਕਿ ਆਪਾਂ ਨੂੰ ਹਿੰਸਾ ਤੋਂ ਦੂਰ ਰਹਿਣਾ ਚਾਹੀਦਾ, ਲੜਾਈ ਝਗੜੇ ਦੂਰ ਰਹਿਣਾ ਚਾਹੀਦਾ, ਪੁਲਿਸ ਵਾਲੇ ਪੂਰੇ ਪ੍ਰਬੰਧ ਕੀਤੇ ਹੋਏ ਨੇ, ਪਰ ਅੱਜ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਗੋਲੀ ਚੱਲੀ ਹੈ ਅਤੇ ਵਰਕਰ ਦੇ ਬਾਂਹ ਦੇ ਉੱਤੇ ਗੋਲੀ ਲੱਗੀ ਅਤੇ ਖੋਲ ਵੀ ਦਿਖਾਇਆ। ਉਹਨੇ ਕਿਹਾ ਕਿ ਵਿਰੋਧੀ ਬੁਖਲਾ ਗਏ ਨੇ, ਦੇ ਕੇ ਕੰਮ ਕਰੋ ਤਾਂ ਜੋ ਲੋਕ ਤੁਹਾਨੂੰ ਵੋਟ ਪਾ ਸਕਣ ਜੀ। ਦੇਖੋ, ਪੰਜਾਬ ਹਮੇਸ਼ਾ ਹੀ ਇਸ ਗੱਲ ਲਈ ਮੋਹਰੀ ਰਿਹਾ ਹੈ ਕਿ ਜਦੋਂ ਵੀ ਇੱਥੇ ਚੋਣਾਂ ਹੁੰਦੀਆਂ ਨੇ ਜੀ, ਚਾਹੇ ਉਹ ਲੋਕ ਸਭਾ ਦੀਆਂ ਹੋਣ, ਚਾਹੇ ਸਟੇਟ ਅਸੈਂਬਲੀ ਦੀਆਂ ਹੋਣ, ਜਾਂ ਮਿਊਂਸਪੈਲਿਟੀ ਦੀਆਂ ਵੀ ਸਰਪੰਚਾਂ ਦੀਆਂ ਹੋਣ, ਪੰਜਾਬ ਸ਼ਾਂਤੀਪੂਰਵਕ ਰਿਹਾ। ਸਿਰਫ ਇੱਕ ਦੋ ਕਦੇ ਘਟਨਾਵਾਂ ਜਦੋਂ ਵਾਪਰ ਜਾਂਦੀਆਂ ਨੇ, ਕਈ ਵਾਰੀ ਨਿੱਜੀ ਖੁੰਦਕ ਹੁੰਦੀ ਹੈ ਅਤੇ ਉਹ ਲੋਕ ਚੋਣ ਰੈਲੀ ਦਾ ਫਾਇਦਾ ਉਠਾ ਲੈਂਦੇ ਆ ਜੀ, ਅਤੇ ਉਹ ਕੋਈ ਘਟਨਾ ਭਾਵੇਂ ਕਦੇ ਕਿਤੇ ਹੋਈ ਹੋਵੇ, ਪਰ ਜਿਹੜੀ ਘਟਨਾ ਤੁਸੀਂ ਅੱਜ ਕਹਿ ਰਹੇ ਹੋ ਆਪਾਂ ਅਜਨਾਲਾ ਸ਼ਹਿਰ ਦੇ ਵਿੱਚ ਵਾਪਰੀ ਹੈ, ਕਿਉਂਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਚੋਣ ਲੜਦੇ ਪਏ ਆ, ਔਰ ਅੰਮ੍ਰਿਤਸਰ ਦੀ ਜਿਹੜੀ ਚੋਣ ਹੈ ਉਹ ਬੜੀ ਹੌਟ ਸੀਟ ਬਣੀ ਹੋਈ ਹੈ ਜੀ, ਕਿਉਂਕਿ ਉੱਥੇ ਟਾਕਰਾ ਜਿਹੜਾ ਉਹ ਸਿੱਧਾ ਸਿੱਧਾ ਜਿਹੜਾ ਉਹ ਚਾਰਾਂ ਪਾਰਟੀਆਂ ਦੇ ਵਿੱਚ ਬੜਾ ਤਕੜਾ ਹੈ, ਔਰ ਕਾਂਗਰਸ ਪਾਰਟੀ ਵੱਲੋਂ ਗੁਰਜੀਤ ਔਜਲਾ ਹੈ, ਔਰ ਉੱਧਰ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਉਹ ਖੜ੍ਹੇ ਹੋਏ ਨੇ ਕੁਲਦੀਪ ਸਿੰਘ ਧਾਲੀਵਾਲ, ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਤਰਨਜੀਤ ਸੰਧੂ ਨੇ, ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਜੀ ਹੈ। ਸੋ ਵੱਡੇ ਨਾਮ ਨੇ। ਸੋ ਜਦੋਂ ਇਹੋ ਜਿਹੀਆਂ ਰੈਲੀਆਂ ਹੁੰਦੀਆਂ ਨੇ ਤਾਂ ਉਸ ਰੈਲੀ ਵਿੱਚ ਬਹੁਤ ਸਾਰੇ ਲੋਕ ਆ ਜਾਂਦੇ ਆ, ਸਾਰਿਆਂ ਦੀ ਸਕਰੂਟਨੀ ਕੀਤੀ ਨਹੀਂ ਜਾ ਸਕਦੀ, ਸਿਕਿਉਰਿਟੀ ਨਹੀਂ ਹੋ ਸਕਦੀ। ਜਿਵੇਂ ਗੁਰਜੀਤ ਔਜਲਾ ਹੋਣਾ ਨੇ ਦੋਸ਼ ਲਾਇਆ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ, ਉਹਨਾਂ ਨੇ ਨਾਮ ਨਹੀਂ ਸਿੱਧੇ ਤੌਰ 'ਤੇ ਲਿਆ, ਪਰ ਉਹਨਾਂ ਕਿਹਾ ਵਿਰੋਧੀ ਧਿਰ ਬੁਖਲਾ ਗਈ ਆ ਸਾਡੇ ਤੋਂ। ਸੋ ਇਹੋ ਜਿਹੀਆਂ ਘਟਨਾਵਾਂ ਕਰਦੇ ਆ, ਔਰ ਤੁਹਾਨੂੰ ਦੱਸ ਦਈਏ ਕਿ ਉਹ ਜਿਹੜਾ ਉਹਨਾਂ ਨੇ ਗੋਲੀ ਦਾ ਖੋਲ ਵੀ ਵਿਖਾਇਆ, ਪੁਲਿਸ ਵਾਲੇ ਵੀ ਉੱਥੇ ਖੜ੍ਹੇ ਆ, ਬੜੇ ਤੈਸ਼ ਵਿੱਚ ਨੇ ਲੋਕ, ਤਾਂ ਉਹ ਇੱਕ ਵਰਕਰ ਆ ਜਿਹਦੀ ਕੂਹਣੀ ਦੇ ਉੱਪਰਲੇ ਪਾਸੇ ਥੱਲੇ ਪਾਸੇ ਜਿਹੜੀ ਆ ਉਹ ਵਿੱਚ ਗੋਲੀ ਲੱਗੀ ਆ, ਝਰੀਟ ਲੱਗੀ ਉਹਦੇ ਵਿੱਚ, ਖੁਦਾ ਨਾ ਖਾਸਤਾ ਉਹ ਗੋਲੀ ਜਿਹੜੀ ਹੈ ਉਹ ਕੂਹਣੀ ਦੇ ਬਜਾਏ ਥੋੜ੍ਹੀ ਜਿਹੀ ਅੰਦਰ ਨੂੰ ਹੋ ਜਾਂਦੀ
ਤਾਂ ਉਸ ਵਿਅਕਤੀ ਦੇ ਢਿੱਡ ਵਿੱਚ ਲੱਗ ਸਕਦੀ ਸੀ ਔਰ ਉਹਦੇ ਨਾਲ ਕਿੰਨਾ ਵੱਡਾ ਪਰਿਵਾਰ ਜੁੜਿਆ ਹੋਏਗਾ ਉਹਦੇ ਮਾਂ ਪਿਓ ਬੱਚੇ ਜੋ ਵੀ ਹੋਣਗੇ ਤਾਂ ਇਹ ਬੜਾ ਵੱਡਾ ਨੁਕਸਾਨ ਹੋ ਸਕਦਾ ਹੈ ਸੋ ਅਸੀਂ ਤਾਂ ਇਹ ਵੀ ਇਹੀ ਕਹਾਂਗੇ ਕਿ ਬਾਕੀ ਪਾਰਟੀਆਂ ਨੂੰ ਵੀ ਸਾਰਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਜਦੋਂ ਰੈਲੀ ਹੁੰਦੀ ਹੈ ਉਹ ਆਪਣੇ ਬੰਦੇ ਲਾ ਕੇ ਰੱਖਣ ਕਿ ਕੋਈ ਦੂਸਰਾ ਬੰਦਾ ਜਿਹੜਾ ਸ਼ੱਕੀ ਹੋਵੇ ਉਹਦਾ ਖਿਆਲ ਰੱਖਿਆ ਜਾਵੇ ਕਿਉਂਕਿ ਅੱਜ ਤਾਂ ਪਛਾਣਿਆ ਨਹੀਂ ਜਾ ਸਕਦਾ ਮੂੰਹ 'ਤੇ ਤਾਂ ਲਿਖਿਆ ਨਹੀਂ ਹੁੰਦਾ ਜੀ ਕੌਣ ਕਿਵੇਂ ਆਇਆ ਪਰ ਕਿਉਂਕਿ ਦਿਨ ਦਿਹਾੜੇ ਭੀੜ ਦੇ ਵਿੱਚੋਂ ਗੋਲੀ ਚੱਲੀ ਹੈ ਕਿਸੇ ਨੇ ਤਾਂ ਚੱਲਦੀ ਵੇਖੀ ਹੋਏਗੀ ਜਿਹੜੀ ਗੋਲੀ ਚਲਾਈ ਗਈ ਆ ਉਹ ਇਹ ਤਾਂ ਹੈ ਨਹੀਂ ਕਿ ਕੋਈ ਬੰਦਾ ਦੂਰ ਬੈਠ ਕੇ ਕਿਸੇ ਨੇ ਨਿਸ਼ਾਨਾ ਬਿੰਨ ਕੇ ਜਿਹੜਾ ਉਹ ਸ਼ਾਰਪ ਸ਼ੂਟਰ ਹੈ ਕੋਈ ਇਹ ਗੋਲੀ ਜਿਹੜੇ ਹਿਸਾਬ ਨਾਲ ਲੱਗੀ ਆ ਉਹ ਤੋਂ ਲੱਗਦਾ ਕਿ ਕਿਸੇ ਨੇ ਨੇੜਿਓਂ ਚਲਾਈ ਹੈ ਗੋਲੀ ਅਤੇ ਉਹਦੀ ਆਈਡੈਂਟੀਫਿਕੇਸ਼ਨ ਵੀ ਹੋ ਜਾਏਗੀ ਕਿਉਂਕਿ ਅੱਜ ਕੱਲ੍ਹ ਸਾਰਿਆਂ ਕੋਲ ਵੀਡੀਓਜ਼ ਹੁੰਦੀਆਂ ਨੇ ਸੋ ਇਹੋ ਜਿਹੇ ਬੰਦੇ ਨੂੰ ਐਕਸਪੋਜ਼ ਕਰਨਾ ਚਾਹੀਦਾ ਕਿ ਉਹਨੇ ਗੋਲੀ ਕਿਉਂ ਚਲਾਈ ਕਿਹਨੇ ਭੇਜਿਆ ਕਿੱਥੋਂ ਆਇਆ ਮੋਟਿਵ ਕੀ ਸੀ ਉਹਦਾ ਕਿ ਕੋਈ ਪਾਰਟੀ ਨਾਲ ਜੁੜੀ ਹੋਈ ਗੱਲ ਹੈ ਜਾਂ ਉਹਨੇ ਆਪਣਾ ਕਿਸੇ ਤੋਂ ਬਦਲਾ ਲੈਣਾ ਕਿਉਂਕਿ ਹੁਣ ਗੋਲੀ ਜਿਹੜੀ ਚਲਾਈ ਗਈ ਉਹ ਵਰਕਰ ਦੀ ਬਾਂਹ 'ਤੇ ਵੱਜੀ ਹੈ ਜੀ ਲੇਕਿਨ ਜੇ ਉਹ ਕਿਸੇ ਦੇ ਹੋਰ ਵੱਜ ਜਾਂਦੀ ਗੋਲੀ ਤਾਂ ਉੱਥੋਂ ਲੰਘ ਗਈ ਪਰ ਇਹ ਆ ਕਿ ਪਰਮਾਤਮਾ ਦਾ ਸ਼ੁਕਰ ਹੈ ਉਹ ਕਿਸੇ ਦੇ ਵੱਜੀ ਨਹੀਂ ਗੋਲੀ ਸੋ ਅਸੀਂ ਸਾਰਿਆਂ ਨੂੰ ਦੁਆ ਕਰਦੇ ਹਾਂ ਇਹ ਬੇਨਤੀ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਅਲਰਟ ਹੋਇਆ ਪੰਜਾਬ ਸ਼ਾਂਤੀਪੂਰਵਕ ਹੋਣਾ ਚਾਹੀਦਾ ਇੱਥੇ ਸਾਰਿਆਂ ਦਾ ਰਿਸ਼ਤਾ ਇੱਕ ਦੂਜੇ ਨਾਲ ਭੈਣਾਂ ਭਰਾਵਾਂ ਵਾਲਾ ਹੈ ਪਿੰਡਾਂ ਦੇ ਵਿੱਚ ਸਾਰੇ ਇੱਕ ਦੂਜੇ ਨਾਲ ਸ਼ਹਿਰਾਂ ਦੇ ਵਿੱਚ ਇਹੋ ਜਿਹੀ ਕੋਈ ਦੁਸ਼ਮਣ ਵਾਲੀ ਗੱਲ ਨਹੀਂ ਹੈਗੀ ਔਰ ਇਸ ਸ਼ਾਂਤੀਪੂਰਵਕ ਚੋਣਾਂ ਹੋਣੀਆਂ ਚਾਹੀਦੀਆਂ ਨੇ ਜੀ ਸੋ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹੁਣ ਆਪਣਾ ਅਖੀਰ ਦੇ ਵਿੱਚ ਚੋਣ ਮੈਨੀਫੈਸਟੋ ਉਹ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਉਹ ਪੰਥਕ ਪਾਰਟੀ ਹੈ ਜਿਹਨੂੰ ਲੈ ਕੇ ਉਹਨੇ ਕਾਫੀ ਸਵਾਲ ਖੜੇ ਕੀਤੇ ਨੇ ਉਹਨੇ ਕਿਹਾ ਕਿ ਪੰਜਾਬੀਆਂ ਨਾਲ ਹੀ ਧੱਕਾ ਕੀਤਾ ਜਾਂਦਾ ਹੈ ਭਾਵੇਂ ਉਹ ਫੌਜ ਦੇ ਵਿੱਚ ਹੋ ਗਿਆ ਜਾਂ ਗੁਰਦੁਆਰਾਂ ਦੇ ਵਿੱਚ ਆਰਐਸ ਦਾ ਕਬਜ਼ਾ ਅਤੇ ਹਰਿਆਣੇ ਦੇ ਜਿਹੜੇ ਸਾਬਕਾ ਜਥੇਦਾਰ ਨੇ ਦਾਦੂਵਾਲ ਸਾਹਿਬ ਤਾਂ ਆਰਐਸ ਦੀ ਫੁੱਲ ਸਪੋਰਟ ਕਰਦੇ ਨੇ ਅੱਜ ਪਹਿਲਾਂ ਤਾਂ ਜਲੰਧਰ ਦੇ ਵਿੱਚ ਸੁਖਬੀਰ ਬਾਦਲ ਹੋਣਾ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਕੁਝ ਵਰਕਰਾਂ ਨੂੰ ਕੁਝ ਲੋਕਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਾਇਆ ਔਰ ਕਈ ਦਿਨਾਂ ਤੋਂ ਇਹ ਉਡੀਕ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਮੈਨੀਫੈਸਟੋ ਕਿਉਂ ਨਹੀਂ ਜਾਰੀ ਕੀਤਾ ਹਾਲੇ ਤੱਕ ਔਰ ਇਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਜਦੋਂ ਤੋਂ ਥੋੜ੍ਹੀ ਜਿਹੀ ਖੜਬੜ ਹੋਈ ਹੈ ਉਹਨਾਂ ਦੀ ਨੂੰਹ ਪਰਮਪਾਲ ਕੌਰ ਸਿੱਧੂ ਹੋਣਾ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਬਠਿੰਡਾ ਵਿੱਚ ਨੋਮੀਨੇਸ਼ਨ ਭਰ ਦਿੱਤੀ ਤਾਂ ਉਦੋਂ ਤੋਂ ਦੂਰੀਆਂ ਚੱਲਦੀਆਂ ਆ ਰਹੀਆਂ ਨੇ ਟਕਰਾਓ ਹੈ ਖਿਚਾਓ ਹੈ ਤਣਾਓ ਹੈ ਦੋਨਾਂ ਧਿਰਾਂ ਦੇ ਵਿੱਚ ਔਰ ਹੁਣ ਤਾਂ ਇਹ ਵੀ ਪਤਾ ਲੱਗਿਆ ਕਿ ਸਿਕੰਦਰ ਸਿੰਘ ਮਲੂਕਾ ਜੋ ਇਸ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸੀ ਉਹ ਬਾਹਰ ਹੀ ਚਲੇ ਗਏ ਆ ਜੀ ਜਦੋਂ ਕਿ ਵੱਡੇ ਲੀਡਰਾਂ ਦੀ ਲੋੜ ਹੈ ਸੋ ਇੱਥੋਂ ਥੋੜ੍ਹਾ ਜਿਹਾ ਸਪਸ਼ਟ ਲੱਗਦਾ ਕਿ ਪਾਰਟੀ ਵਿੱਚ ਹਾਲੇ ਸਭ ਕੁਝ ਠੀਕ ਨਹੀਂ ਹੈਗਾ ਠੀਕ ਵੀ ਨਹੀਂ ਚੱਲ ਰਿਹਾ ਮਲੂਕਾ ਸਾਹਿਬ ਨੂੰ ਕਿਤਨਾ ਸੀਗਾ ਵੀ ਉਹਨਾਂ ਦੀ ਜਿਹੜੀ ਨੂੰਹ ਨੇ ਬਿਆਨ ਦਿੱਤਾ ਪਰਮਪਾਲ ਕੌਰ ਵੱਲੋਂ ਵੀ ਉਹ ਬੀਜੇਪੀ ਨੂੰ ਸਪੋਰਟ ਕਰ ਰਹੇ ਹਾਲਾਂਕਿ ਉਹਨਾਂ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਮੈਂ ਕਿਸੇ ਨੂੰ ਸਪੋਰਟ ਨਹੀਂ ਕਰ ਰਿਹਾ ਮੈਂ ਤਾਂ ਘਰੇ ਬੈਠੇ ਜੀ ਤੇ ਚੱਲਦੇ ਲੱਗਦਾ ਤਾਂ ਹੀ ਬਾਹਰ ਚਲੇ ਗਏ ਵੀ ਮੇਰੀ ਚਰਚਾ ਨਾ ਛਿੜੇ ਜੀ ਜੀ ਲੇਕਿਨ ਇਹ ਵੀ ਤਾਂ ਗੱਲ ਹੈ ਨਾ ਕਿ ਤੁਸੀਂ ਮੈਦਾਨ 'ਚੋਂ ਛੱਡ ਕੇ ਭੱਜ ਗਏ ਪਾਰਟੀ ਨੂੰ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਮੈਂ ਪਾਰਟੀ ਦੇ ਨਾਲ ਹਾਂ ਅਤੇ ਜੇ ਨਾਲ ਹੋ ਤਾਂ ਫਿਰ ਖੜੋ ਵੀ ਜੀ ਅਤੇ ਤੁਸੀਂ ਬਾਹਰ ਚਲੇ ਗਏ ਹੋ ਉਹਦੇ ਨਾਲ ਅਤੇ ਮੈਸੇਜ ਜਿਹੜੇ ਆ ਉਹ ਬੜੇ ਗਲਤ ਜਾਂਦੇ ਆ ਉਹਦੇ ਅਰਥ ਬੜੇ ਗਲਤ ਕੱਢੇ ਜਾਂਦੇ ਆ ਇਸ ਮੌਕੇ 'ਤੇ ਚਲੇ ਜਾਣਾ ਜਿਵੇਂ ਪਿਛਲੇ ਲੰਮੇ ਸਮੇਂ ਤੋਂ ਰਾਘਵ ਚੱਡਾ ਜੋ ਰਾਜ ਸਭਾ ਦੇ ਮੈਂਬਰ ਨੇ ਉਹ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਦੀਆਂ ਸਭਾਵਾਂ ਦੇ ਵਿੱਚ ਨਹੀਂ ਦਿਸ ਰਹੇ
ਔਰ ਕਿਹਾ ਗਿਆ ਸੀ ਕਿ ਉਹ ਅੱਖਾਂ ਦੀ ਰੋਸ਼ਨੀ ਠੀਕ ਕਰਾਉਣ ਗਏ, ਅੱਖਾਂ ਦਾ ਆਪਰੇਸ਼ਨ ਠੀਕ ਕਰਾਉਣ ਗਏ ਆ ਇੰਗਲੈਂਡ ਦੇ ਵਿੱਚ, ਅਤੇ ਹੁਣ ਅਚਾਨਕ ਕੱਲ੍ਹ ਆ ਵੀ ਗਏ ਉਹ। ਸੋ ਰਾਜਨੀਤੀ ਦੇ ਵਿੱਚ ਇਹੋ ਜਿਹੇ ਬਿਆਨ ਆਉਂਦੇ ਵੀ ਹੁੰਦੇ ਆ, ਚੱਲਦੀਆਂ ਵੀ ਇਹੋ ਜਿਹੀਆਂ ਘਟਨਾਵਾਂ ਕਿ ਕੀ ਸੱਚਮੁੱਚ ਰਾਘਵ ਚੱਡਾ ਆਪਰੇਸ਼ਨ ਕਰਾਉਣ ਗਏ ਸੀ ਜਾਂ ਕੋਈ ਨਾਰਾਜ਼ਗੀ ਸੀ, ਕਿਉਂਕਿ ਪਾਰਟੀ ਜਿਹੜੀ ਉਹ ਇਸ ਵਕਤ ਬੜੇ ਉਸ ਚੁਰਾਹੇ 'ਤੇ ਖੜ੍ਹੀ ਹੋਈ ਆ, ਕਈ ਪਾਸਿਓਂ ਉਹਨੂੰ ਦੱਬਿਆ ਹੋਇਆ। ਪਰ ਆਪਾਂ ਗੱਲ ਕਰ ਰਹੇ ਸੀ ਮੈਨੀਫੈਸਟੋ ਦੀ ਜੀ। ਸੋ ਮੈਨੀਫੈਸਟੋ ਜਾਰੀ ਕਰ ਦਿੱਤਾ, ਮੈਨੀਫੈਸਟੋ ਕੀਤਾ ਗਿਆ ਜਾਰੀ ਲੋਕ ਸਭਾ ਦੀਆਂ ਚੋਣਾਂ ਲਈ, ਔਰ ਲੋਕ ਸਭਾ ਦੀਆਂ ਚੋਣਾਂ ਲਈ ਮੈਨੀਫੈਸਟੋ ਜਿਹੜਾ ਜਾਰੀ ਕੀਤਾ ਉਹਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕੀਤੀ ਆ, ਸੁਖਬੀਰ ਬਾਦਲ ਹੋਣਾਂ ਨੇ ਮੁੱਦਾ ਉਠਾਇਆ ਉਹਨਾਂ ਨੇ ਕਿ ਭਾਰਤ ਅਤੇ ਪਾਕਿਸਤਾਨ ਦਾ ਅਟਾਰੀ ਅੰਮ੍ਰਿਤਸਰ ਤੋਂ ਫਾਜ਼ਿਲਕਾ ਅਤੇ ਫਿਰੋਜ਼ਪੁਰ ਇੱਥੋਂ ਜਿਹੜੇ ਆ ਉਹ ਅਤੇ ਫਿਰੋਜ਼ਪੁਰ ਹੁਸੈਨੀਵਾਲਾ ਤੋਂ ਜਿਹੜੇ ਆ ਉਹ ਵਪਾਰ ਸ਼ੁਰੂ ਹੋਣਾ ਚਾਹੀਦਾ। ਇਹ ਬਹੁਤ ਵਧੀਆ ਗੱਲ ਆ, ਇਹਦੇ ਉੱਤੇ ਬਾਕੀ ਪਾਰਟੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ, ਕਿਉਂਕਿ ਇਹਦੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ, ਵਪਾਰੀਆਂ ਨੂੰ ਹੋਏਗਾ। ਨਾਲ ਦੀ ਨਾਲ ਉਹਨਾਂ ਕਿਹਾ ਕਿ ਨਸ਼ਿਆਂ ਦਾ ਜਿਹੜਾ ਸਭ ਤੋਂ ਵੱਡਾ ਦੋਸ਼ ਅਕਾਲੀ ਪਾਰਟੀ 'ਤੇ ਲੱਗਦਾ ਹੈ ਕਿ 10 ਸਾਲ ਜਿਹੜੇ ਉਹ ਸੱਤਾ 'ਚ ਰਹੇ, 7 ਤੋਂ 17 ਸਾਲ 17 ਤੱਕ ਉਹਦੇ ਦਰਮਿਆਨ ਬਹੁਤ ਜ਼ਿਆਦਾ ਨਸ਼ਾ ਪੰਜਾਬ 'ਚ ਫਸਿਆ ਆਇਆ, ਅਤੇ ਉਹ ਕਹਿੰਦੇ ਵੀ ਅਸੀਂ ਇਹਦੇ ਲਈ ਬਹੁਤ ਸਖਤ ਸਜ਼ਾ ਦੀ ਮੰਗ ਕਰਦੇ ਹਾਂ ਕਿ ਜਿਹੜਾ ਬੰਦਾ ਨਸ਼ਾ ਤਸਕਰ ਹੈ ਫੜਿਆ ਜਾਂਦਾ ਹੈ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ, ਔਰ ਕਹਿੰਦੇ ਅਸੀਂ ਕੇਂਦਰ ਦੇ ਵਿੱਚ ਇਹ ਮਸਲਾ ਉਠਾਵਾਂਗੇ। ਦੂਸਰਾ ਉਹਨਾਂ ਨੇ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਆ ਕਿ ਬੰਦੀ ਸਿੰਘਾਂ ਵਾਲਾ ਮੁੱਦਾ ਅਸੀਂ ਬਾਕੀ ਪਾਰਟੀਆਂ ਨਾਲ ਰਲ ਕੇ, ਹੁਣ ਬਾਕੀ ਪਾਰਟੀਆਂ ਕਿਹੜੀਆਂ ਨੇ ਜੀ, ਸਿਰਫ ਬੰਦੀ ਸਿੰਘਾਂ ਦਾ ਮੁੱਦਾ ਉਠਾਉਣ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਹੋਏਗੀ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏਗਾ ਜੀ, ਜੇ ਉਹਨਾਂ ਦਾ ਉਮੀਦਵਾਰ ਅੱਗੋਂ ਜਿੱਤਦੇ ਆ, ਜਿਹੜੇ ਹਿਸਾਬ ਨਾਲ ਉਹ ਜਿਵੇਂ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਲੜਦੇ ਆ, ਉਹਨਾਂ ਦੀ ਹਿਮਾਇਤ ਨਾਲ ਲੱਖਾਂ ਸਿਧਾਣਾ ਲੜਦੇ ਪਏ ਆ, ਔਰ ਬਲੇਰ ਹਰਪਾਲ ਸਿੰਘ ਬਲੇਰ ਖਡੂਰ ਸਾਹਿਬ ਤੋਂ ਲੜਦੇ ਪਏ ਆ, ਸੋ ਉਹਨਾਂ ਨੇ ਪਹਿਲਾਂ ਇਸ਼ਾਰਾ ਕਰ ਦਿੱਤਾ ਕਿ ਉਹ ਪਾਰਟੀਆਂ ਦੇ ਨਾਲ ਅਸੀਂ ਲੜਾਂਗੇ। ਹੁਣ ਦੇਖਦੇ ਹਾਂ ਕਿਹੜੀ ਪਾਰਟੀ ਜਿਹੜੀ ਉੱਥੇ ਪਹੁੰਚਦੀ ਆ। ਇੱਕ ਹੋਰ ਬੜੀ ਵੱਡੀ ਗੱਲ ਉਹਨਾਂ ਨੇ ਕੀਤੀ ਚੰਡੀਗੜ੍ਹ ਦੀ ਕਿ ਚੰਡੀਗੜ੍ਹ ਦਾ ਮਸਲਾ ਜਿਹੜਾ ਉਹ ਸਾਨੂੰ ਅਸੀਂ ਉਠਾਵਾਂਗੇ, ਸਾਨੂੰ ਮਿਲਦਾ ਰਹੇਗਾ। ਇਹਦੇ ਉੱਤੇ ਐਂ ਲੱਗਦਾ ਕਿ ਜਿਵੇਂ ਖਾਨਾ ਪੂਰਤੀ ਹੋਈ ਹੋਈ ਹੈ ਚੰਡੀਗੜ੍ਹ ਦਾ, ਜੇ ਚੰਡੀਗੜ੍ਹ ਲੈਣਾ ਸੀ ਤਾਂ ਅਕਾਲੀ ਦਲ ਬਹੁਤ ਪਹਿਲਾਂ ਲੈ ਸਕਦਾ ਸੀ ਜਦੋਂ ਉਹ ਪਾਵਰ ਵਿੱਚ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ, ਅਤੇ ਹੁਣ ਇਹ ਮੁੱਦਾ ਇੰਝ ਲੱਗਦਾ ਕਿ ਸਿਰਫ ਮੈਨੀਫੈਸਟੋ ਦਾ ਹਿੱਸਾ ਲੱਗਦਾ। ਪਰ ਦੇਖਦੇ ਹਾਂ ਕਿ ਕੀ ਇਹਦੇ ਉੱਤੇ ਕੋਈ ਵੱਡੀ ਮਾਰ ਮਾਰ ਸਕਦਾ ਅਕਾਲੀ ਦਲ ਕਿ ਨਹੀਂ, ਇਹ ਤਾਂ 4 ਜੂਨ ਤੋਂ ਬਾਅਦ ਪਤਾ ਲੱਗਣਾ ਕਿ ਪਾਰਟੀ ਕਿਹਦੀ ਆਉਂਦੀ ਹੈ। ਪਾਣੀਆਂ ਦੀ ਵੀ ਗੱਲ ਕੀਤੀ ਆ ਉਹਨਾਂ ਨੇ ਕਿ ਸਾਡੇ ਪਾਣੀ ਜਿਹੜੇ ਹਰਿਆਣੇ ਨੂੰ ਜਾ ਰਹੇ ਨੇ ਜੀ, ਇੱਕ ਬੜੀ ਅਜੀਬ ਮੰਗ ਜਿਹੜੀ ਉਹਨਾਂ ਨੇ ਇਹਦੇ ਵਿੱਚ ਰੱਖੀ ਆ, ਉਹਨਾਂ ਨੇ ਰੱਖੀ ਆ ਕਿ ਪੰਜਾਬ ਦੇ ਵਿੱਚ ਨੌਕਰੀਆਂ ਸਿਰਫ ਪੰਜਾਬ ਵਾਲਿਆਂ ਨੂੰ ਹੀ ਮਿਲਣੀਆਂ ਚਾਹੀਦੀਆਂ ਨੇ ਜਿਨ੍ਹਾਂ ਕੋਲ ਪੰਜਾਬ ਦਾ ਡੋਮੀਸਾਈਲ ਹੈ। ਗੱਲ ਇਹ ਹੈ ਕਿ ਜੇ ਇਹ ਗੱਲ ਹੋ ਗਈ ਤਾਂ ਫਿਰ ਪੰਜਾਬ ਦੇ ਬੱਚਿਆਂ ਨੂੰ ਬਾਹਰਲਿਆਂ ਸੂਬਿਆਂ 'ਚ ਨਹੀਂ ਮਿਲਣਗੀਆਂ, ਜਦੋਂ ਕਿ ਸਾਡੇ ਬੱਚੇ ਬਾਹਰਲੇ ਸੂਬਿਆਂ ਵਿੱਚ ਵੀ ਨੌਕਰੀਆਂ ਕਰਦੇ ਨੇ, ਇੱਥੋਂ ਤੱਕ ਜੱਜਸ ਤੱਕ ਜਲਾ ਕੇ ਰਾਜਸਥਾਨ ਤੱਕ ਲੱਗੇ ਹੋਏ ਆ ਜੀ, ਹਰਿਆਣੇ ਦੇ ਵਿੱਚ ਜੱਜਸ ਸਿਲੈਕਟ ਹੋਏ ਹੋਏ ਆ। ਇਸ ਤਰ੍ਹਾਂ ਦੀ ਵੰਡ ਕਰਨੀ ਇਹਦਾ ਕੋਈ ਪਿਛੋਕੜ ਨਹੀਂ ਸਮਝ ਆ ਰਿਹਾ ਕਿ ਮੰਗ ਉਹਨਾਂ ਨੇ ਕਿਉਂ ਕੀਤੀ। ਔਰ ਦੇਖ ਹੋਰ ਨਾਲ ਉਹਦੇ ਵਿੱਚ ਮੈਨੀਫੈਸਟੋ 'ਚ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਨੌਨ ਪੰਜਾਬੀ ਲੋਕ ਆ ਕੇ ਜ਼ਮੀਨ ਨਾ ਖਰੀਦ ਸਕਣ, ਅਤੇ ਨਾਲ ਦੀ ਨਾਲ ਉਹਨਾਂ ਇਹ ਕਿਹਾ
ਕਿ ਹਰਿਆਣੇ ਅਤੇ ਰਾਜਸਥਾਨ ਵਿੱਚ ਪੰਜਾਬੀਆਂ ਨੂੰ ਜ਼ਮੀਨ ਖਰੀਦਣ ਦੀ ਇਜਾਜ਼ਤ ਦਿੱਤੀ ਜਾਵੇ ਖੇਤੀ ਵਾਸਤੇ। ਦੋਨੋਂ ਕੰਟਰਾਡਿਕਸ਼ਨ ਹੈ ਆਪ ਦੇ ਵਿੱਚ, ਅਤੇ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ ਕਿ ਇਹ ਕੀ ਹੋਏਗਾ। ਪਰ ਇਹ ਆ ਕਿ ਜਿਹੜੀ ਇੱਕ ਗੱਲ ਉਹਨਾਂ ਉਠਾਈ ਕਿ ਸਿੱਖ ਸੰਸਥਾਵਾਂ ਦੇ ਉੱਤੇ ਦੂਸਰੇ ਲੋਕ ਕਬਜ਼ਾ ਕਰਦੇ ਆ, ਸੋ ਇਹ ਗੱਲ ਹੈ ਕਿ ਜੇ ਸਿੱਖ ਸੰਸਥਾਵਾਂ 'ਤੇ ਰਾਜ ਕਰਨ ਵਾਲੇ ਲੋਕ ਆਪ ਹੀ ਕਮਜ਼ੋਰ ਹੋ ਗਏ ਤਾਂ ਫਿਰ ਦੂਸਰੇ ਤਾਂ ਆਉਣਗੇ। SGPC ਬਹੁਤ ਤਕੜੀ ਸੰਸਥਾ, ਔਰ ਅਕਾਲੀ ਦਲ ਹਮੇਸ਼ਾ ਸਿੱਖ ਮਸਲਿਆਂ ਲਈ ਲੜਦਾ ਰਿਹਾ, ਔਰ ਅਕਾਲੀ ਪਾਰਟੀ ਨਿਕਲੀ ਵੀ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਹੈ। ਅਤੇ ਜੇ ਇਹਨਾਂ 100 ਸਾਲਾਂ, ਹਾਲੇ ਕਿ ਪਾਰਟੀ ਕਲੇਮ ਕਰਦੇ ਆ ਬਾਦਲ ਸਾਹਿਬ ਕਿ ਸਾਡੀ 100 ਸਾਲ ਤੋਂ ਵੱਡੀ ਪਾਰਟੀ ਹੈ, ਅਸੀਂ ਹੀ ਸਿੱਖਾਂ ਦੇ ਮਸਲੇ ਸੁਲਝਾ ਸਕਦੇ ਹਾਂ। ਕੱਲ੍ਹ ਦਾ ਉੱਠਿਆ ਕੋਈ ਵਿਅਕਤੀ ਜਿਹੜਾ ਉਹ ਦਾੜ੍ਹੀ ਰੱਖ ਕੇ ਪੱਗ ਬੰਨ੍ਹ ਕੇ ਮਸਲਾ ਨਹੀਂ ਸਿੱਖ ਧਰਮ ਲਈ ਪੰਥ ਦਾ ਮੁੱਦਾ ਨਹੀਂ ਉਠਾ ਸਕਦਾ, ਉਹ ਪੰਥਕ ਨਹੀਂ ਹੋ ਸਕਦਾ ਜੀ। ਤਾਂ ਗੱਲ ਇਹ ਹੈਗੀ ਹੈ ਕਿ ਜੇ ਤੁਸੀਂ ਹੁਣ ਤੱਕ ਆਪਣੀ ਪਾਰਟੀ ਦੇ ਜ਼ੋਰ 'ਤੇ ਜਾਂ ਆਪਣੇ SGPC ਦੇ ਨਾਲ ਰਹਿ ਕੇ ਸੰਸਥਾਵਾਂ ਨਹੀਂ ਬਚਾ ਸਕੇ ਤਾਂ ਫਿਰ ਅੱਗੋਂ ਕਿਵੇਂ ਬਚਾਵੋਗੇ? ਦਿੱਲੀ ਤੁਹਾਡੇ ਕੋਲੋਂ ਨਿਕਲ ਗਈ ਹੋਈ ਹੈ ਪਹਿਲਾਂ ਹੀ, ਪਟਨਾ ਸਾਹਿਬ ਦੇ ਵਿੱਚ ਉੱਥੇ ਬੋਰਡ ਹੈ, ਨਸੀਰੀ ਨੰਦੇੜ ਸਾਹਿਬ ਵਿਖੇ ਵੱਖਰਾ ਬੋਰਡ ਹੈ, ਹਰਿਆਣੇ ਨੇ ਕਹਿ ਦਿੱਤਾ ਕਿ ਅਸੀਂ ਵੱਖਰੀ ਜਿਹੜੀ ਹੈ ਉਹ ਬਣਾਵਾਂਗੇ ਕਮੇਟੀ। ਹਰਿਆਣਾ ਤੁਹਾਡੇ ਕੋਲ ਚਲਿਆ ਜਾ ਚੁੱਕਿਆ, ਹਿਮਾਚਲ ਵਾਲੇ ਵੀ ਤਿਆਰੀ ਕਰਦੇ ਪਏ ਆ, ਅਤੇ ਲੈ ਕੇ ਤੁਹਾਡੇ ਕੋਲ ਰਹਿ ਗਿਆ ਇਕੱਲਾ ਪੰਜਾਬ। ਇੰਨੀਆਂ ਤੁਹਾਡੇ ਹੱਥੋਂ ਨਿਕਲ ਗਈਆਂ। ਜਦੋਂ ਕਿ ਗੁਰਦੁਆਰਾ ਐਕਟ ਬਣਦਾ ਸੀ ਉਹਦੇ ਵਿੱਚ ਤੁਸੀਂ ਬਹੁਤ ਕੁਝ ਕਰਵਾ ਸਕਦੇ ਸੀਗੇ ਉਸ ਵੇਲੇ ਰਿਵਾਜ ਭਾਈ ਸਾਹਿਬ ਵੇਲੇ ਕੋਲ, ਲੇਕਿਨ ਉਹ ਮੁੱਦਾ ਵੀ ਦੱਬਿਆ ਗਿਆ। ਔਰ ਤੁਸੀਂ ਫੈਡਰਲਿਜ਼ਮ ਦੀ ਗੱਲ ਕੀਤੀ ਹੈ, ਇਹਦੇ ਵਿੱਚ ਫੈਡਰਲਿਜ਼ਮ ਦੀ ਗੱਲ ਕਰਦਿਆਂ ਯਾਦ ਆ ਜਾਂਦਾ ਅਨੰਦਪੁਰ ਸਾਹਿਬ ਦਾ ਮਤਾ, ਜਿਹਨੂੰ ਲੈ ਕੇ ਅਕਾਲੀ ਦਲ ਨੇ ਸ਼ੁਰੂਆਤ ਕੀਤੀ ਸੀ, ਮੋਰਚੇ ਲੱਗੇ ਸੀ ਔਰ ਉਸ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ, ਲੇਕਿਨ ਪਾਰਟੀ ਨੇ ਅਨੰਦਪੁਰ ਸਾਹਿਬ ਦੇ ਮਤੇ ਦਾ ਜਿਹੜਾ ਮੁੱਦਾ ਸੀ ਫੈਡਰਲਿਜ਼ਮ ਦਾ ਕਿ ਰਾਜਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਆ, ਉਹ ਦੱਬਿਆ ਗਿਆ। ਔਰ ਉਹਦੇ ਲਈ ਸਿਰਫ ਅਤੇ ਸਿਰਫ ਕੋਈ ਮੁੱਦਾ ਉਠਾ ਸਕਦਾ ਅਤੇ ਉਹ ਅਕਾਲੀ ਦਲ ਪੰਜਾਬ ਦੇ ਵਿੱਚ ਉਠਾ ਸਕਦਾ, ਜਿਹਨੂੰ ਤੁਸੀਂ ਪਿਛਲੇ ਕਈ ਸਮੇਂ ਤੋਂ ਭੁੱਲੀ ਬੈਠੇ ਹੋ। ਔਰ ਇਹ ਅੱਗੋਂ ਉਠਾਉਂਦੇ ਹੋ, ਕਿਸ ਪੱਧਰ 'ਤੇ ਉਠਾਉਂਦੇ ਹੋ, ਦੋਸ਼ ਤਾਂ ਤੁਹਾਡੇ 'ਤੇ ਲੱਗਦਾ ਰਿਹਾ ਅਕਾਲੀ ਪਾਰਟੀ 'ਤੇ ਕਿ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਤੁਸੀਂ ਸਾਰੇ ਮੁੱਦੇ ਭੁੱਲ ਗਏ ਹੋ ਔਰ ਤੁਸੀਂ ਸਿਰਫ ਆਪਣੇ ਪਰਿਵਾਰ ਨੂੰ ਸੀਟਾਂ ਦਵਾਉਣ ਵਾਸਤੇ, ਮੰਤਰਾਲੇ ਦਵਾਉਣ ਵਾਸਤੇ ਕੰਮ ਕੀਤਾ। ਇਹਨਾਂ ਦੋਸ਼ਾਂ ਤੋਂ ਮੁਕਤ ਹੋਣ ਲਈ ਬਹੁਤ ਕੁਝ ਕਰਨ ਦੀ ਹਾਲੇ ਜਿਹੜੀ ਲੋੜ ਹੈ, ਸੋ ਅਸੀਂ ਜੀਆਂ ਕਹਿੰਦੇ ਹਾਂ ਇਸ ਮੈਨੀਫੈਸਟੋ ਨੂੰ, ਦੇਖਦੇ ਹਾਂ ਕਿੰਨੇ ਫੁੱਲ ਚੜ੍ਹਦੇ ਆ ਆਉਣ ਵਾਲੇ ਸਮੇਂ ਵਿੱਚ। 1 ਜੂਨ ਤੋਂ ਬਾਅਦ 4 ਜੂਨ ਦੇ ਰਿਜ਼ਲਟ ਦੱਸਣਗੇ ਕਿਹੜੀ ਪਾਰਟੀ ਕਿੰਨੀ ਕਾਮਯਾਬ ਹੁੰਦੀ ਹੈ ਜੀ। ਸੋਨੇ ਵਾਲਾ ਸਾਹਿਬ, ਤੁਸੀਂ ਗੱਲ ਕੀਤੀ ਰਾਘਵ ਚੱਡਾ ਉਹਨਾਂ ਦੀ, ਉਹਨਾਂ ਦੀ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਹੋਈ ਹੈ, ਵਿਰੋਧੀ ਵੀ ਲਗਾਤਾਰ ਘੇ ਰਹੇ ਸੀ ਵੀ ਉਹ ਡਰਦੇ ਮਾਰੇ ਭੱਜ ਗਏ ਨੇ, ਅਤੇ ਪਾਰਟੀ ਦੇ ਉੱਤੇ ਉਹ ਸਮਾਂ ਚੱਲ ਰਿਹਾ ਸੀ ਜਿਹੜਾ ਔਖਾ ਸਮਾਂ ਸੀ। ਰਾਘਵ ਚੱਡਾ ਬੜੇ ਨਜ਼ਦੀਕੀ ਸੀ ਪੰਜਾਬ ਦੇ ਵਿੱਚ, ਬੜਾ ਅਹਿਮ ਰੋਲ ਰਾਘਵ ਚੱਡੇ ਵੱਲੋਂ ਨਿਭਾਇਆ ਗਿਆ ਸੀਗਾ ਜੀ। ਕਿਸੇ ਟਾਈਮ ਤਾਂ ਬਲਵਿੰਦਰ ਜੀ ਰਾਘਵ ਚੱਡਾ ਹੋਣਾ ਬਾਰੇ ਪੰਜਾਬ ਦੇ ਵਿੱਚ ਗੱਲ ਚੱਲ ਪਈ ਸੀ ਜੀ ਕਿ ਕੇਜਰੀਵਾਲ ਹੋਣੀ ਉਹਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ, ਇਹ ਗੱਲ ਬੜੇ ਵੱਡੇ ਪੱਧਰ 'ਤੇ ਚੱਲੀ ਸੀ। ਔਰ ਇਹ ਭਿਣਕ ਜਦੋਂ ਭਗਵੰਤ ਮਾਨ ਹੋਣਾ ਨੂੰ ਪਈ ਸੀ ਤਾਂ ਉਹ ਗੁੱਸੇ ਹੋ ਗਏ ਸੀ, ਔਰ ਭਗਵੰਤ ਮਾਨ ਹੋਣਾ ਨੇ ਫਿਰ ਆਪਣੇ ਦਮ ਦੇ ਨਾਲ ਇਹ ਸੀਟ ਜਿਹੜੀ ਆ ਇਹ ਕੇਜਰੀਵਾਲ ਹੋਣਾ ਤੋਂ ਖੋਈ, ਕਹਿ ਲਓ ਤੁਸੀਂ ਕਹਿ ਲਓ, ਕਿਉਂਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਹੋਣਾ ਨੂੰ ਕੈਂਡੀਡੇਟ ਐਲਾਨਣ ਦੇ ਲਈ ਬਹੁਤ ਵੱਡੀ ਜਦੋਜਹਿਦ ਪਾਰਟੀ ਦੇ ਵਿੱਚ ਸੀ ਕਿ ਕੇਜਰੀਵਾਲ ਸਾਹਿਬ ਐਲਾਨਦੇ ਨਹੀਂ ਸੀਗੇ ਕਿ ਸਾਡਾ ਮੁੱਖ ਮੰਤਰੀ ਕੌਣ ਹੋਊਗਾ ਜੀ। ਔਰ ਫਿਰ ਇੱਕ ਡਰਾਮਾ ਰਚਿਆ ਗਿਆ ਕਿ ਲੋਕਾਂ ਤੋਂ ਕਾਲਸ ਕਰਵਾਈਆਂ ਗਈਆਂ ਔਰ ਕਾਲਸ ਵੀ ਲੱਖਾਂ ਦੇ ਵਿੱਚ ਆਈਆਂ, ਅਤੇ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਕਾਲਸ ਦੇ ਵਿੱਚ ਕਲੀਅਰ ਹੋਇਆ ਕਿ ਭਗਵੰਤ ਮਾਨ ਹੋਣੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਣੇ ਚਾਹੀਦੇ ਆ।
ਲੇਕਿਨ ਰਾਘਵ ਚੱਡਾ ਦਾ ਬਹੁਤ ਵੱਡਾ ਰੋਲ ਹੈ ਪੰਜਾਬ ਦੀ ਸਿਆਸਤ ਦੇ ਵਿੱਚ। ਉਹ ਇੱਥੇ ਲਗਾਤਾਰ ਆਉਂਦੇ ਰਹੇ ਆ ਔਰ ਨਿਗਾਹ ਵੀ ਰੱਖਦੇ ਆ ਔਰ ਉਹ ਕਲੋਜ਼ ਵਾਚ ਰੱਖਦੇ ਆ ਪੰਜਾਬ ਦੀ ਪਾਰਟੀ ਦੇ ਉੱਤੇ, ਪਰ ਅਚਾਨਕ ਉਹਨਾਂ ਦਾ ਗਾਇਬ ਹੋ ਜਾਣਾ ਇਹੋ ਜਿਹੇ ਮੌਕੇ 'ਤੇ, ਕੀ ਇੰਨੀ ਸੀਰੀਅਸ ਇਸ਼ੂ ਹੋ ਗਿਆ ਸੀ ਉਹਨਾਂ ਦੀਆਂ ਅੱਖਾਂ ਨੂੰ? ਹੋ ਵੀ ਸਕਦਾ ਸੀ, ਸ਼ੱਕ ਨਹੀਂ ਕਰਦੇ, ਪਰ ਟਾਈਮਿੰਗ ਜਿਹੜੀ ਹੈ ਉਹ ਬੜੀ ਵੱਡੀ ਗੱਲ ਆ, ਕਿਉਂਕਿ ਹੁਣ ਇੱਕਦਮ ਆ ਜਾਣਾ ਉਹਨਾਂ ਦਾ। ਇਹ ਵੀ ਆ ਕਿ ਪਾਰਟੀ ਵੱਡੇ ਕ੍ਰਾਈਸਿਸ ਦੇ ਵਿੱਚ ਫਸੀ ਹੋਈ ਆ। ਕੇਜਰੀਵਾਲ ਹੁਣੀ ਤਾਜ਼ਾ ਜੇਲ੍ਹ ਦੇ ਵਿੱਚੋਂ ਜ਼ਮਾਨਤ 'ਤੇ ਆਏ ਆ। ਉਹਨਾਂ ਨੂੰ ਸਿਰਫ 4 ਜੂਨ ਤੱਕ ਜ਼ਮਾਨਤ ਮਿਲੀ, 1 ਜੂਨ ਤੱਕ ਹੀ ਮਿਲੀ ਹੋਈ ਆ ਜ਼ਮਾਨਤ ਜਿਹੜੀ ਹੈ ਜੀ। ਔਰ ਨਾਲ ਦੀ ਨਾਲ ਸਵਾਤੀ ਮਾਲੀਵਾਲ ਦਾ ਮਸਲਾ ਜਿਹੜਾ ਉਹ ਉੱਭਰ ਕੇ ਸਾਹਮਣੇ ਆ ਗਿਆ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਰਾਊਸਕੋਟ ਦੇ ਵਿੱਚ ਪਾਰਟੀ ਨੂੰ ਜਿਹੜਾ ਉਹ ਰਿਸ਼ਵਤ ਦੇ ਮਾਮਲੇ ਦੇ ਵਿੱਚ ਚਾਰਜਸ਼ੀਟ ਕਰ ਦਿੱਤਾ, ਨਾਮਜ਼ਦ ਕਰ ਦਿੱਤਾ ਗਿਆ। ਔਰ ਉੱਧਰੋਂ ਉੱਤੋਂ ਚੋਣਾਂ ਨੇ, ਚੋਣਾਂ ਦੇ ਵਿੱਚ ਪ੍ਰਚਾਰ ਹੈ ਔਰ ਟੱਕਰ ਜਿਹੜੀ ਆ ਉਹ ਸਿੱਧੀ ਅਤੇ ਸਿੱਧੀ ਕਈ ਥਾਵਾਂ 'ਤੇ ਭਾਰਤੀ ਜਨਤਾ ਪਾਰਟੀ ਨਾਲ ਹੈ, ਕਈ ਥਾਵਾਂ ਦੇ ਉੱਤੇ ਕਾਂਗਰਸ ਦੇ ਨਾਲ ਉਹਨਾਂ ਦੀ ਸਿੱਧੇ ਰੂਪ ਦੇ ਵਿੱਚ। ਔਰ ਪੰਜਾਬ ਬੜਾ ਵੱਡਾ ਮਸਲਾ ਉਹਨਾਂ ਦਾ, ਇਹ ਕਹਿ ਸਕਦੇ ਹਾਂ ਕਿ ਜੇ ਪੰਜਾਬ ਦੇ ਵਿੱਚੋਂ ਜਿਹੜਾ ਦਾਅਵਾ ਕੀਤਾ ਭਗਵੰਤ ਮਾਨ ਹੋਣਾ ਨੇ 13-0 ਦਾ ਜੀ, ਅਤੇ ਜੇ ਉਹਦੇ ਤੋਂ ਇੱਕ ਵੀ ਥੱਲੇ ਆਉਂਦੀ ਹੈ ਤਾਂ ਫਿਰ ਵੀ ਬੜਾ ਵੱਡਾ ਸਵਾਲ ਹੈ। ਸੋ ਸਮੁੱਚੇ ਰੂਪ ਵਿੱਚ ਆਮ ਆਦਮੀ ਪਾਰਟੀ ਦੀ ਇਹ ਇਸ ਟਾਈਮ ਕਹਿ ਸਕਦੇ ਹਾਂ ਕਿ ਇੱਜ਼ਤ ਦਾਅ 'ਤੇ ਲੱਗੀ ਹੋਈ ਹੈ ਕਿ ਪੰਜਾਬ ਦੇ ਵਿੱਚੋਂ ਵੱਧ ਤੋਂ ਵੱਧ ਸੀਟਾਂ ਜਿੱਤਣੀਆਂ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਆਪਣੇ ਆਪ ਨੂੰ ਕਿਸੇ ਪੱਧਰ 'ਤੇ ਤਿਆਰ ਕਰ ਸਕੇ। ਦੂਸਰੀਆਂ ਸਟੇਟਾਂ ਵਾਸਤੇ ਵੀ ਉਹਨਾਂ ਨੇ ਫਿਰ ਤਿਆਰੀ ਜਿਹੜੀ ਆ ਉਹ ਕਰਨੀ ਆ ਜੀ। ਸੋ ਇਹ 13-0 ਵਾਲਾ ਜਿਹੜਾ ਦਾਅਵਾ ਲੱਗਦਾ ਹੈ ਕਿ ਹੁਣ ਪਾਰਟੀ ਨੇ ਮਹਿਸੂਸ ਕੀਤਾ ਕਿ ਸਾਰੇ ਲੀਡਰਾਂ ਨੂੰ ਆ ਜਾਣਾ ਚਾਹੀਦਾ। ਸੋ ਰਾਘਵ ਚੱਡਾ ਹੁਣ ਨੂੰ ਬੁਲਾ ਲਿਆ ਗਿਆ ਜਾਂ ਉਹ ਆ ਗਿਆ, ਜਿਵੇਂ ਮਰਜ਼ੀ ਸਮਝ ਲਓ, ਹੁਣ ਉਹ ਆਪਣਾ ਰੋਲ ਅਦਾ ਕਰਨਗੇ ਕਿਉਂਕਿ ਪਾਰਟੀ ਨੂੰ ਲੋੜ ਹੈ। ਕੇਜਰੀਵਾਲ ਸਾਹਿਬ ਹੁਣੀ ਸਮਝਦੇ ਹੋਣੇ ਆ ਕਿ ਮੇਰੇ ਕੋਲੋਂ ਇਕੱਲੇ ਕੋਲੋਂ ਇੰਨੇ ਮਸਲੇ ਜਿਹੜੇ ਆ ਉਹ ਸੰਭਾਲੇ ਨਹੀਂ ਜਾ ਰਹੇ। ਸੋ ਇਸ ਵਕਤ ਉਹਨਾਂ ਨੂੰ ਲੀਡਰਾਂ ਦੀ ਲੋੜ ਸੀ ਜੀ। ਸੋ ਗੱਲ ਕਰਦੇ ਹੁਣ ਨਾੜ ਨੂੰ, ਜਿੱਥੇ ਕਣਕ ਵੱਢ ਲਈ ਗਈ ਆ ਉੱਥੇ ਹੀ ਕਿਸਾਨ ਹੁਣ ਨਾੜ ਨੂੰ ਅੱਗ ਲਾ ਰਹੇ ਨੇ, ਹਾਲਾਂਕਿ ਸਰਕਾਰ ਵੱਲੋਂ ਵੀ ਰੋਕਿਆ ਜਾਂਦਾ ਨਾੜ ਨੂੰ ਅੱਗ ਨਾ ਲਾਈ ਜਾਵੇ। ਸੋ ਇੱਕ ਕਿਸਾਨ ਦੀ ਨਾੜ ਨੂੰ ਅੱਗ ਲਗਾ ਰਹੇ ਸੀ, ਉਹਦੀ ਮੌਤ ਹੋ ਗਈ ਆ ਬੜਾ ਸਾਹਿਬ। ਇਹ ਪਿੰਡ ਦਿਆਲਪੁਰ ਹੈ ਜੀ, ਇਹ ਜਲੰਧਰ ਤੋਂ ਜਦੋਂ ਅਸੀਂ ਅੰਮ੍ਰਿਤਸਰ ਜਾਈਏ ਕਰਤਾਰਪੁਰ ਦੇ ਨੇੜੇ ਪੈਂਦਾ ਹੈ, ਕਰਤਾਰਪੁਰ ਤੋਂ ਨਾਲ ਹੀ ਅਗਲੇ ਪਾਸੇ। ਇਹੋ ਜਿਹੀਆਂ ਘਟਨਾਵਾਂ ਪਹਿਲਾਂ ਬਹੁਤ ਜਿਹੜੀਆਂ ਵਾਪਰ ਚੁੱਕੀਆਂ ਨੇ। ਇੱਕ ਥਾਂ 'ਤੇ ਤਾਂ ਇਹ ਹੋਇਆ ਸੀ ਕਿ ਕੁਝ ਮੋਟਰਸਾਈਕਲ 'ਤੇ ਬੱਚੇ ਜਾ ਰਹੇ, ਆਪਣੇ ਫਾਦਰ ਨਾਲ ਜਾ ਰਹੇ ਸੀਗੇ ਅਤੇ ਅੱਗੋਂ ਧੂੰਏ ਦੇ ਵਿੱਚੋਂ ਉਹਨਾਂ ਨੇ ਗਲਤੀ ਨਾਲ ਧੂੰਏ ਦੇ ਵਿੱਚੋਂ ਕੱਢ ਲਿਆ ਅਤੇ ਅੱਗੋਂ ਕੋਈ ਵੱਡੀ ਗੱਡੀ ਆ ਰਹੀ ਸੀ, ਉਹ ਸਾਰੇ ਮਾਰੇ ਗਏ। ਇਸ ਤਰ੍ਹਾਂ ਦੀਆਂ ਘਟਨਾਵਾਂ ਪਿਛਲੇ ਸਾਲ ਵੀ ਇੱਕ ਸਕੂਲ ਦੇ ਬੱਚਿਆਂ ਨੂੰ ਗੁਰਦਾਸਪੁਰ ਦੇ ਵਿੱਚ ਇਹ ਘਟਨਾ ਵਾਪਰੀ ਸੀਗੀ ਔਰ ਹੋਰ ਵੀ ਬੜੀਆਂ ਘਟਨਾ ਵਾਪਰੀਆਂ ਨੇ। ਸਾਡੇ ਕਿਸਾਨ ਕਿਉਂ ਨਹੀਂ ਇਹ ਗੱਲ ਸਮਝਦੇ ਕਿ ਉਹ ਆਪਣਾ ਨੁਕਸਾਨ ਤਾਂ ਕਰਦੇ ਹੀ ਕਰਦੇ ਆ, ਉਹਨਾਂ ਨੂੰ ਆਪਣੇ ਨੁਕਸਾਨ ਦਾ ਵੀ ਫਿਕਰ ਨਹੀਂ ਹੈਗਾ? ਕਿਉਂਕਿ ਜਦੋਂ ਤੁਸੀਂ ਨਾੜ ਨੂੰ ਅੱਗ ਲਾਉਂਦੇ ਹੋ ਜਿੱਥੇ ਉਹ ਵਾਤਾਵਰਣ ਦੇ ਵਿੱਚ ਆਲੇ ਦੁਆਲੇ ਦਰਖਤਾਂ ਨੂੰ ਜਿਹੜੇ ਬਿਲਕੁਲ ਝੁਲਸਾ ਦਿੰਦੇ ਆ, ਉੱਥੇ ਨਾਲ ਦੀ ਨਾਲ ਮਿੱਟੀ ਦੇ ਵਿੱਚ ਜਿਹੜਾ ਜੈਵਿਕ ਮਾਦਾ ਉਹਨੂੰ ਖਤਮ ਕਰਦੇ ਆ ਔਰ ਤੁਹਾਡੀ ਅਗਲੀ ਫਸਲ ਜਿਹੜੀ ਹੈ ਉਹ ਬਿਮਾਰੀਆਂ ਨੂੰ ਚੱਲਣ ਵਾਸਤੇ ਕਮਜ਼ੋਰ ਹੋ ਜਾਂਦੀ ਹੈ। ਨਾਲ ਦੀ ਨਾਲ ਜਿਹੜਾ ਇਹੋ ਜਿਹਾ ਨੁਕਸਾਨ ਕਿਸੇ ਪਰਿਵਾਰ ਦਾ ਹੁੰਦਾ ਉਹਦੀ ਭਰਪਾਈ ਕੌਣ ਕਰੇਗਾ? ਹੁਣ ਇਹ ਆ ਕਿ ਉਹ ਜਿਹੜਾ ਕਿਸਾਨ ਹੈ ਜਿਹਨੇ ਅੱਗ ਲਾਈ ਆ ਉਹਦੇ ਉੱਤੇ ਕੇਸ ਦਰਜ ਹੋ ਜਾਏਗਾ, ਕੇਸ ਤੋਂ ਬਾਅਦ ਫਿਰ ਉਹ ਅਦਾਲਤਾਂ 'ਚ ਭੁਗਤਦਾ ਰਹੇਗਾ, ਪਰ ਜਿਹੜਾ ਉਹ ਕਿਸਾਨ ਸੜ ਗਿਆ ਵਿੱਚ ਆ ਕੇ ਉਹਦੀ ਭਰਪਾਈ ਨਾ ਕੋਈ ਅਦਾਲਤ ਕਰ ਸਕਦੀ ਹੈ ਨਾ ਕੋਈ ਪੈਸਾ ਕਰ ਸਕਦਾ ਹੈ।
ਉਹ ਪਰਿਵਾਰ ਨੂੰ ਘਾਟਾ ਜਿਹੜਾ ਪੈਣਾ ਉਹ ਸਾਰੀ ਉਮਰ ਉਹਨਾਂ ਨੇ ਭੁਗਤਣਾ। ਹੁਣ ਪਤਾ ਨਹੀਂ ਉਹ ਵਿਚਾਰਾ ਜਿਹੜਾ ਕਿਸਾਨ ਪੂਰਾ ਹੋਇਆ ਵਰਿੰਦਰ ਜੀ, ਉਹਦੇ ਪਰਿਵਾਰ ਦੇ ਵਿੱਚ ਉਹ ਇਕੱਲੇ ਹੀ ਜੀ ਕਮਾਉਣ ਵਾਲਾ, ਜੇ ਨਹੀਂ ਤਾਂ ਉਹਦੇ ਬੱਚੇ ਹੋਣਗੇ, ਉਹਦੇ ਮਾਂ ਪਿਓ ਹੋਣਗੇ, ਔਰ ਕਿੰਨੀ ਵੱਡੀ ਮੁਸੀਬਤ ਉਸ ਪਰਿਵਾਰ ਦੇ ਉੱਤੇ। ਸਿਰਫ ਇੱਕ ਛੋਟੀ ਜਿਹੀ ਮਾਚਿਸ ਦੀ ਤਿੱਲੀ ਨੇ ਐਡੀ ਵੱਡੀ ਸਮੱਸਿਆ ਖੜੀ ਕਰਤੀ ਉਸ ਕਿਸਾਨ ਦੇ ਲਈ ਤਾਂ ਹੀ ਜਿਹੜਾ ਮਾਰਿਆ ਗਿਆ ਜੀ। ਜਿਹੜੇ ਕਿਸਾਨ ਨੇ ਤਿੱਲੀ ਲਾਈ ਹੈ ਉਹਦੇ ਲਈ ਵੀ ਵੱਡੀ ਸਮੱਸਿਆ ਖੜੀ ਹੋ ਗਈ ਹੈ। ਔਰ ਆਪਾਂ ਹਰ ਜਿਹੜੀ ਇਹੋ ਜਿਹੀ ਘਟਨਾ ਹੈ ਉਹ ਇਹ ਨਹੀਂ ਕਹਿ ਸਕਦੇ ਕਿ ਬਿਜਲੀ ਦੀਆਂ ਤਾਰਾਂ 'ਚੋਂ ਕਰੰਟ ਚੱਲਿਆ ਜੀ, ਉਹ ਟਰੈਕਟਰ 'ਚੋਂ ਚੰਗਿਆੜਾ ਨਿਕਲ ਆਇਆ ਜੀ, ਉਹ ਕੰਬਾਈਨ 'ਚੋਂ ਚੰਗਿਆੜਾ ਨਿਕਲ ਆਇਆ ਜੀ। ਆਪਾਂ ਨੂੰ ਜ਼ਿੰਮੇਵਾਰ ਕਿਸਾਨ ਬਣਨ ਦੀ ਲੋੜ ਹੈ, ਭਵਿੱਖ ਦੇ ਵਿੱਚ ਆਪਾਂ ਤਿਆਰੀਆਂ ਕਰੀਏ, ਨਹੀਂ ਤਾਂ ਸਰਕਾਰਾਂ ਨੇ ਬਹੁਤ ਸਖਤੀ ਵਰਤਣੀ ਆ, ਫਿਰ ਇਹ ਜਿਹੜੇ ਧਰਨੇ ਧੁਰਨੇ ਕੋਈ ਨਹੀਂ ਚੱਲਣੇ, ਕਿਉਂਕਿ ਜਦੋਂ ਲੋਕਾਂ ਦੀ ਜਾਨ 'ਤੇ ਬਣੀ ਹੋਵੇ ਤਾਂ ਫਿਰ ਸਰਕਾਰਾਂ ਨੂੰ ਸਖਤ ਕਦਮ ਲੈਣੇ ਪੈਂਦੇ ਆ। ਔਰ ਹੁਣ ਵੀ ਤੁਹਾਨੂੰ ਪਤਾ ਕਿ ਕੇਸ ਦਰਜ ਹੁੰਦੇ ਆ, ਪਰ ਚੋਣਾਂ ਕਰਕੇ ਥੋੜ੍ਹਾ ਜਿਹਾ ਸਰਕਾਰ ਹਾਲੇ ਢਿੱਲੀ ਹੈ, ਹਾਲਾਂਕਿ ਇਸ ਵਾਰ ਬਹੁਤ ਜਿਹੜੇ ਕਿਸਾਨਾਂ ਨੇ ਨਾੜ ਨੂੰ ਜਿਹੜੀ ਉਹ ਅੱਗ ਲਾਈ ਹੈ। ਸੋ ਸਾਨੂੰ ਸਮੇਂ ਸਿਰ ਸਮਝਣ ਦੀ ਲੋੜ ਹੈ, ਸਮਾਂ ਲੰਘ ਚੁੱਕਿਆ। ਹੁਣ ਅਸੀਂ ਇਹ ਨਾ ਕਹੀਏ ਕਿ ਜਲਦੀ ਸਮਝੀਏ, ਸਮਾਂ ਲੰਘਾ ਚੁੱਕਿਆ, ਬੜਾ ਵੱਡਾ ਨੁਕਸਾਨ ਹੋ ਗਿਆ। ਆਪਾਂ ਪੰਜਾਬ ਨੂੰ, ਪੰਜਾਬ ਦੀ ਖੇਤੀ ਨੂੰ, ਧਰਤੀ ਨੂੰ, ਵਾਤਾਵਰਨ ਨੂੰ ਬਚਾਉਣਾ ਔਰ ਲੋਕਾਂ ਨੂੰ ਬਚਾਉਣਾ ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ, ਅਮਰਿੰਦਰ ਸਿੰਘ ਰਾਜਾਵੜੀ ਜੋ ਕਿ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਨੇ, ਉਹਨਾਂ ਵੱਲੋਂ ਰਵਨੀਤ ਬਿੱਟੂ ਦੇ ਉੱਤੇ ਨਿਸ਼ਾਨੇ ਸਾਧਦੇ ਗਏ ਨੇ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਮੇਰੀ ਨਕਲ ਕਰਦੇ ਨੇ ਜੀ। ਦੇਖੋ, ਜਦੋਂ ਪਾਰਟੀਆਂ ਚੋਣ ਦੇ ਵਿੱਚ ਜਾਂਦੀਆਂ ਨੇ ਮੈਦਾਨ ਦੇ ਵਿੱਚ ਤਾਂ ਮੁੱਦੇ ਤਾਂ ਉਹੀ ਹੁੰਦੇ ਨੇ ਸਾਰੇ, ਜਿਵੇਂ ਪੰਜਾਬ ਦੇ ਮੁੱਦੇ ਹੈ, ਮੇਨ ਮੁੱਦੇ ਅਕਾਲੀ ਦਲ ਵੀ ਉਹੀ ਚੁੱਕਦਾ ਹੈ, ਕਾਂਗਰਸ ਵੀ ਉਹੀ ਚੁੱਕਦੀ ਹੈ, ਆਮ ਆਦਮੀ ਪਾਰਟੀ ਵੀ ਉਹੀ ਚੁੱਕਦੀ ਹੈ, ਅਤੇ ਬੀਜੇਪੀ ਵੀ ਉਹੀ ਚੁੱਕਦੀ ਹੈ। ਸੋ ਨਕਲ ਕਰਨ ਵਾਲੀ ਗੱਲ, ਇਹ ਇੱਕ ਚੋਣ ਦਾ ਪ੍ਰਚਾਰ ਹੁੰਦਾ, ਅਤੇ ਉਹਨਾਂ ਨੇ ਕਿਹਾ ਕਿ ਮੈਂ ਵਿਜ਼ਨ ਪੇਸ਼ ਕੀਤਾ, ਬਿੱਟੂ ਨੇ ਵੀ ਵਿਜ਼ਨ ਪੇਸ਼ ਕਰ ਦਿੱਤਾ, ਇਹਦੇ ਵਿੱਚ ਕੋਈ ਬਹੁਤ ਵੱਡੀ ਗੱਲ ਨਹੀਂ ਨਕਲ ਕਰਨ ਵਾਲੀ। ਸਵਾਲ ਤਾਂ ਇਹ ਹੈ ਕਿ ਕੋਈ ਲੋਕਾਂ ਦੀਆਂ ਆਸਾਂ 'ਤੇ ਕਿੰਨਾ ਪੂਰਾ ਉਤਰਦਾ ਜੀ। ਰਾਜਾ ਵੜਿੰਗ ਹੋਣਾ ਨੇ ਕਿਹਾ ਹੈ ਕਿ ਰਵਨੀਤ ਬਿੱਟੂ ਹੋਣਾ ਨੇ ਕਿਹਾ ਕਿ ਮੇਰੀ ਕੇਂਦਰ 'ਚ ਬਹੁਤ ਚੱਲਦੀ ਹੈ, ਅਮਿਤ ਸ਼ਾਹ ਦੇ ਨਾਲ ਬਹੁਤ ਹੈ, ਅਤੇ ਫਿਰ ਉਹਨਾਂ ਨੇ ਮਿਹਣਾ ਮਾਰ ਦਿੱਤਾ ਹੈ ਵੀ ਜੇ ਤੁਹਾਡੀ ਇੰਨੀ ਚੱਲਦੀ ਸੀ ਤਾਂ ਫਿਰ ਤੁਸੀਂ ਲੁਧਿਆਣੇ ਲਈ ਕਿੰਨੇ ਕੁ ਪ੍ਰੋਜੈਕਟ ਲੈ ਕੇ ਆਏ ਹੋ, ਹੈ ਨਾ, ਕਿੰਨਾ ਕੁ ਤੁਸੀਂ ਕਰਤਾ। ਹਾਲੇ ਕਿ ਰਵਨੀਤ ਬਿੱਟੂ ਨੇ ਇੱਕ ਵੀਡੀਓ ਪਾਈ ਹੋਈ ਹੈ, ਕਿਉਂਕਿ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾਣ ਨਹੀਂ ਦਿੱਤਾ ਜਾ ਰਿਹਾ, ਉਹ ਸਿਰਫ ਸ਼ਹਿਰਾਂ ਤੱਕ ਹੀ ਮਹਦੂਦ ਹੋ ਗਿਆ, ਅਤੇ ਉਹਨਾਂ ਨੇ ਕਿਸਾਨਾਂ ਨੂੰ, ਸਰਪੰਚਾਂ ਨੂੰ, ਪੰਚਾਂ ਨੂੰ ਕਿਹਾ ਹੈ ਕਿ ਮੈਂ ਤੁਹਾਡੇ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਆਉਂਦਾ ਰਿਹਾ, ਤੁਹਾਡੇ ਵਾਸਤੇ ਬਹੁਤ ਸਾਰੀਆਂ ਗਰਾਂਟਾਂ ਦਿੱਤੀਆਂ ਨੇ, ਕਰੋੜਾਂ ਦਾ ਮੈਂ ਗਰਾਂਟ ਦਿੱਤੀ ਆ, ਸੋ ਮੈਨੂੰ ਤੁਸੀਂ ਸਪੋਰਟ ਕਰੋ ਜੀ। ਕਿਉਂਕਿ ਉਹਨਾਂ ਨੂੰ ਪਿੰਡਾਂ 'ਚ ਜਾਣਾ ਮੁਸ਼ਕਲ ਹੋ ਗਿਆ, ਉਹਨਾਂ ਨੇ ਦੁੱਖ ਪ੍ਰਗਟ ਕੀਤਾ ਕਿ ਮੈਨੂੰ ਪਿੰਡਾਂ 'ਚ ਜਿਹੜਾ ਜਾਣ ਨਹੀਂ ਦਿੱਤਾ ਜਾਂਦਾ। ਸੋ ਚੋਣਾਂ ਦੇ ਦੌਰਾਨ ਇੱਕ ਦੂਜੇ ਨੂੰ ਥੱਲੇ ਲਾਉਣ ਵਾਸਤੇ ਪਾਰਟੀਆਂ ਕੋਸ਼ਿਸ਼ ਕਰਦੀਆਂ ਨੇ, ਪਰ ਇੱਥੇ ਮੇਰੀ ਇੱਕ ਬੇਨਤੀ, ਅਸੀਂ ਅਕਸਰ ਕਰਦੇ ਹਾਂ ਪ੍ਰੋਗਰਾਮ ਦੇ ਦੌਰਾਨ, ਕਿ ਕਿਸਾਨ ਬਹੁਤ ਵੱਡੀ ਪੱਧਰ 'ਤੇ ਬੀਜੇਪੀ ਦਾ ਵਿਰੋਧ ਕਰਦੇ ਪਏ ਆ। ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਕਹਿ ਦਿੱਤਾ, ਕਾਂਗਰਸ ਨੂੰ ਵੀ ਕਹਿ ਦਿੱਤਾ ਕਿ ਤੁਹਾਨੂੰ ਵੀ ਸਵਾਲ ਕਰਾਂਗੇ ਅਸੀਂ, ਹੁਣੇ ਚਾਹੀਦੇ ਆ ਸਵਾਲ। ਪਰ ਜਿਹੜੀ ਆਹ ਘਟਨਾ ਵਾਪਰੀ ਆ ਫਰੀਦਕੋਟ ਦੇ ਵਿੱਚ ਜਾਂ ਬਰਨਾਲੇ ਦੇ ਵਿੱਚ, ਉਹਨੇ ਸਾਨੂੰ ਸੁਚੇਤ ਕਰ ਦਿੱਤਾ, ਸਾਨੂੰ ਚਿੰਤਤ ਕਰ ਦਿੱਤਾ ਕਿ ਕਿਤੇ ਇਹ ਘਟਨਾਵਾਂ ਕਿਸੇ ਪਾਸੇ ਹੋਰ ਨਾ ਤੁਰ ਪੈਣ ਚੋਣਾਂ ਦੀ ਬਜਾਏ, ਕਿਉਂਕਿ ਪੰਜਾਬ ਪਹਿਲਾਂ ਬਹੁਤ ਵੱਡਾ ਸੰਤਾਪ ਹੋ ਚੁੱਕਿਆ ਜੀ। ਸੋ ਸਾਡੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਪ੍ਰੋਟੈਸਟ ਕਰੋ, ਨਾਰੇ ਲਾਓ, ਲਾਈਨ ਬਣਾ ਕੇ ਖੜੋ, ਜਿੱਥੇ ਉਹ ਰੈਲੀ ਕਰਦੇ ਉੱਥੇ ਤੁਸੀਂ ਜਾ ਸਕਦੇ ਹੋ ਸ਼ਾਂਤੀਪੂਰਵਕ, ਕਾਲੀਆਂ ਝੰਡੀਆਂ ਵਿਖਾਓ, ਕਾਲੇ ਬਿੱਲੇ ਲਾਓ, ਲੇਕਿਨ
ਤੁਹਾਡੇ ਉੱਤੇ ਜਿਹੜਾ ਦੋਸ਼ ਲੱਗਦਾ ਕਿ ਤੁਹਾਡੇ ਬੰਦੇ ਕੁਝ ਗਾਲਾਂ ਕੱਢਦੇ ਆ, ਹਾਲੇ ਉਹ ਗਾਲਾਂ ਕੱਢਣ ਦੀ ਵੀਡੀਓ ਹੰਸਰਾਜ ਹੰਸੋਣਾ ਨੇ ਹਾਲੇ ਤੱਕ ਅਪਲੋਡ ਨਹੀਂ ਕੀਤੀ। ਕੱਲ੍ਹ ਅਸੀਂ ਵੀ ਮੰਗੀ ਸੀ ਉਹਨਾਂ ਤੋਂ, ਨਾ ਸਾਡਾ ਫੋਨ ਚੁੱਕਿਆ ਉਹਨਾਂ ਨੇ, ਅਸੀਂ ਉਹਨਾਂ ਨੂੰ ਮੈਸੇਜ ਵੀ ਭੇਜਿਆ, ਪਰ ਹੰਸਰਾਜ ਹੋਣਾ ਦੀ ਜਿਹੜੀ ਗੱਲ ਕਰਨ ਦੀ ਉਹ ਇੱਕ ਗਾਲਾਂ ਕੱਢਣ ਵਾਲੀ ਗੱਲ ਜਾਂ ਮਾੜਾ ਬੰਦਾ ਬੋਲਣ ਦੀ ਆ ਗਈ ਆ। ਸੋ ਸਾਡੀ ਦੋਨਾਂ ਧਿਰਾਂ ਨੂੰ ਬੇਨਤੀ ਆ, ਪਾਰਟੀਆਂ ਨੂੰ ਵੀ ਕਿਸਾਨਾਂ ਨੂੰ ਵੀ, ਸ਼ਾਂਤੀਪੂਰਕ ਵਿਰੋਧ ਕਰੋ ਔਰ ਉਹਨਾਂ ਨੂੰ ਆਪਣੀਆਂ ਰੈਲੀਆਂ ਕਰਨ ਦਿਓ। ਪਿੰਡਾਂ 'ਚ ਨਾ ਵੜਨ ਦੇਣਾ ਵੀ ਉਨਾ ਹੀ ਆ ਜਿਵੇਂ ਕਿ ਤੁਸੀਂ ਕਹਿੰਦੇ ਹੋ ਕਿ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ, ਅਤੇ ਫਿਰ ਆਪਾਂ ਵੀ ਤਾਂ ਉਹੀ ਕੁਝ ਕਰਦੇ ਪਏ ਹਾਂ। ਤੁਸੀਂ ਭਾਵੇਂ ਮੇਰੇ ਨਾਲ ਗੁੱਸੇ ਹੋ ਜਾਓ ਕਿ ਕਿਸਾਨ ਵਿਰੋਧੀ, ਮੈਂ ਕਿਸਾਨ ਵਿਰੋਧੀ ਨਹੀਂ ਹੈਗਾ, ਮੈਂ ਇਹ ਗੱਲ ਕਹਿੰਦਾ ਕਿ ਲੋਕਤੰਤਰ ਦਾ ਜਿਹੜਾ ਸਾਰਿਆਂ ਨੂੰ ਹੱਕ ਹੈ, ਸੰਵਿਧਾਨਿਕ ਹੱਕ ਹੈ, ਉਹ ਹਰ ਇੱਕ ਨੂੰ ਆਪਣਾ ਪ੍ਰੋਪਰ ਸ਼ਾਂਤੀਪੂਰਵਕ ਵਰਤਣਾ ਚਾਹੀਦਾ ਔਰ ਵਰਤਣ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ, ਬੜਾ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਸੋ ਅਸੀਂ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਜੁੜੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਲੈ ਕੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।